ओ चल कोई नहीं, मैं आना 2 मिनट का। सॉरी की गल तेन दिंदा नहीं। अच्छा जो चाहिदा वो दे देगा, तां मैनू चाहिदी है तेरी मौत। ओ इस बार मुंडा नहीं कुड़ी भड़काउणी है। रीता आई लाइक यू। 10 दिन ने तेरे कोल, बिल्डिंग खाली कर दे नहीं तो बाकी पता ही है तेनू मेरे बारे। क्यों यादी अज की आखिरी दिन बी? फिर वो यार पता नहीं फिर बी इतने क्यों खड़े हैं? उस्ताद ने लोकेशन भेजी सी ते बंदा इतने ही आऊ। यादी तू क्यों पहना यह पुठे काम से यार, कितनी सोहनी जिंदगी सी तेरी, सारी खराब कर ली तेने। बिल्ले यार तेनू भी पता मैं भी जिंदगी फस चुका, मैं भी सब कुछ छड़ना चाहना, पर की करा मेरे हालात यह जो गए, मैं आदत तो मजबूर हाँ। यादी आ सारा कुछ तो मैं समझदा, पर यार फिर भी तू एक बार अपनी जिंदगी का सोच। चल छड मैं आना। ठीक है भाई ध्यान रखी अपना। चल कोई नहीं मैं आना 2 मिनट। सॉरी की गल तेन दिंदा नहीं। सॉरी मैं थोड़ा जा काली जी सी। थैंक्स। सॉरी और मैनू दिखदा नहीं। कोई गल नहीं मैं इधर ही जाना, मैं तुहानू छड्ड जाना। नहीं नहीं मैं चली जाऊंगी, वैसे भी मैनू आदत है डेली जान दी। ओ नहीं नहीं तुसी मेरे हुंदे जमा फिकर ना करो, चलो तुहानू मैं छड्ड जाना। ਤੁਹਾਡੀਆਂ ਗੱਲਾਂ ਤੋਂ ਤਾਂ ਤੁਸੀਂ ਚੰਗੇ ਇਨਸਾਨ ਲੱਗਦੇ ਹੋ, ਪਰ ਤੁਹਾਡੇ ਹੱਥਾਂ ਤੋਂ ਇੱਦਾਂ ਲੱਗ ਰਿਹਾ ਕਿ ਤੁਸੀਂ ਕੋਈ ਭਾਰੀ ਕੰਮ ਕਰਦੇ ਹੋ। ਉਹ ਹਾਂ ਹਾਂ ਮੈਂ ਬੰਦੇ ਚੱਕਦਾ। ਮਤਲਬ? ਉਹ ਮੇਰਾ ਮਤਲਬ ਮੈਂ ਭਾਰੀ ਸਮਾਨ ਚੱਕਦਾ ਇਸ ਕਰਕੇ। ਅੱਛਾ ਅੱਛਾ ਕਿੱਡੀ ਕੁ ਦੂਰੋਂ ਘਰ ਹੈ ਤੁਹਾਡਾ? ਉਹ ਬਸ 5-7 ਕਦਮ ਦੀ ਦੂਰੀ 'ਤੇ ਹੀ ਹੈ। ਚਲੋ ਆ ਜਾਓ ਆਪਾਂ ਜਲਦੀ ਚੱਲਦੇ ਹਾਂ। ਹੈਂ पागल जा जा केड़े काम रहा सी ते कुड़ी पिछे लग के इधर लंघ गया, चल की पता कुड़ी पिछे लग के सुधरे जावे। ਬਾਈ ਓਏ ਬਾਈ ਓਏ ਛੱਡ ਦੇ, ਜੋ ਚੀਜ਼ ਕਹੇਗਾ ਉਹ ਮਿਲ ਜੂ ਤੈਨੂੰ, ਛੱਡ ਦੇ ਬਾਈ ਓਏ। ਅੱਛਾ ਜੋ ਚਾਹੀਦਾ ਉਹ ਦੇ ਦੇਗਾ, ਤਾਂ ਮੈਨੂੰ ਚਾਹੀਦੀ ਹੈ ਤੇਰੀ ਮੌਤ। ਹੈਲੋ ਉਸਤਾਦ ਜੀ ਤੁਹਾਡਾ ਕੰਮ ਹੋ ਗਿਆ, ਪੈਸੇ ਪਹੁੰਚਾ ਦਿਓ। ਹੈਲੋ 10 ਦਿਨ ਨੇ ਤੇਰੇ ਕੋਲ, ਬਿਲਡਿੰਗ ਖਾਲੀ ਕਰ ਦੇ ਨਹੀਂ ਤਾਂ ਬਾਕੀ ਪਤਾ ਹੀ ਹੈ ਤੈਨੂੰ ਮੇਰੇ ਬਾਰੇ। ਉਸਤਾਦ ਜੀ ਉਹ ਆ ਗਿਆ ਜਾਦੀ। ਜਾਦੀ ਘਰ ਆਇਆ ਫਿਰ ਕੰਮ? ਹੋ ਗਏ ਕਿਤੇ ਉਸਤਾਦ ਖਾਲੀ ਮੁੜਿਆ, ਆਹੀ ਗੱਲਾਂ ਤੇਰੀਆਂ ਦਿਲ ਜਿੱਤਦੀਆਂ ਨੇ। ਹਾਂ ਵੀ ਮੁੰਡਿਓ ਕਰੋ ਫਿਰ ਮੁੰਡੇ ਨੂੰ ਕੈਮ। ਉਸਤਾਦ ਤੁਹਾਨੂੰ ਤਾਂ ਪਤਾ ਮੈਂ ਤਾਂ ਪਹਿਲੀ ਕੈਮ ਰਹਿੰਦਾ, ਆਹ ਤੁਸੀਂ ਕਰੋ ਪਾਰਟੀ ਮੈਂ ਹੁਣ ਚੱਲਦਾ। ਹੋਰ ਰੁਕ ਛੋਟੇ ਇੱਕ ਕੰਮ ਹੋਰ ਆ ਤੇਰੇ ਲਈ। ਉਹ ਹੁਣ ਕਿਹਦੀ ਮੌਤ ਆਈ ਹੈ ਉਸਤਾਦ? ਡੀਲ ਬਹੁਤ ਮਹਿੰਗੀ ਆ, ਕੰਮ 2 ਦਿਨਾਂ 'ਚ ਹੋਣਾ ਚਾਹੀਦਾ।
ਉਹ ਅੱਗੇ ਕੰਮ ਕਦੇ ਲੇਟ ਹੋਇਆ ਤੁਸੀਂ ਬਸ ਬੰਦੇ ਦੀ ਫੋਟੋ ਤੇ ਲੋਕੇਸ਼ਨ ਸੈਂਡ ਕਰ ਦਿਓ ਬਾਕੀ ਮੈਂ ਜਾਣਾ ਮੇਰਾ ਕੰਮ ਜਾਣੇ ਉਹ ਇਸ ਵਾਰ ਮੁੰਡਾ ਨਹੀਂ ਕੁੜੀ ਭੜਕਾਉਣੀ ਹੈ ਬਸ ਤੂੰ ਤਿਆਰ ਰਹਿ ਇਸ ਵਾਰ ਉਸਤਾਦ ਤੈਨੂੰ ਪਹਿਲਾਂ ਵੀ ਦੱਸਿਆ ਮੈਂ ਕਿਸੇ ਕੁੜੀ ਨੂੰ ਨਹੀਂ ਮਾਰਦਾ ਇੱਕ ਗੱਲ ਤੈਨੂੰ ਵੀ ਚੰਗੀ ਤਰ੍ਹਾਂ ਪਤਾ ਮੈਨੂੰ ਨਾ ਸੁਣਨ ਦੀ ਆਦਤ ਨਹੀਂ ਉਹ ਫਿਰ ਇੱਕ ਗੱਲ ਮੇਰੀ ਵੀ ਸੁਣ ਲਓ ਆ ਹੁਣ ਨਾ ਸੁਣਨ ਦੀ ਆਦਤ ਪਾ ਲਓ ਮੈਂ ਆਪਣੀ ਆਦਤ ਨਹੀਂ ਛੱਡ ਸਕਦਾ ਜੇ ਤੂੰ ਮੇਰਾ ਕੰਮ ਨਾ ਕੀਤਾ ਨਾ ਤੈਨੂੰ ਦੁਨੀਆ ਛੱਡਣੀ ਪੈ ਜਾਊ ਉਸਤਾਦ ਬਾਰੇ ਤੈਨੂੰ ਪਤਾ ਹੀ ਆ ਜਾਂ ਕੰਮ ਕਰਨ ਬਾਰੇ ਸੋਚ ਲਾ ਤੇ ਜਾਂ ਆਪਣੀ ਫੈਮਿਲੀ ਬਾਰੇ ਸੋਚ ਲਾ ਕੁੜੀ ਦੀ ਫੋਟੋ ਤੇ ਲੋਕੇਸ਼ਨ ਸੈਂਡ ਕਰ ਦਿਓ ਉਸਤਾਦ ਮੈਨੂੰ ਨਹੀਂ ਲੱਗਦਾ ਇਹ ਆਪਣਾ ਕੰਮ ਕਰੂਗਾ ਉਹ ਤੂੰ ਕੰਮ ਦੀ ਗੱਲ ਕਰਦਾ ਇਹ ਤਾਂ ਜਾਂਦਾ ਹੀ ਫੋਨ ਕਰੂਗਾ ਵੀ ਉਸਤਾਦ ਫੋਟੋ ਤੇ ਲੋਕੇਸ਼ਨ ਸੈਂਡ ਕਰ ਦੇ ਚੱਲ ਆ ਮੁੰਡਿਓ ਚੱਲੀਏ ਆਪਾਂ ਵੀ ਮੈਂ ਹੀ ਨਹੀਂ ਦੇਖ ਕੇ ਚੱਲ ਰਿਹਾ ਸੀ ਤੁਹਾਡੀ ਆਵਾਜ਼ ਜਾਣੀ ਪਛਾਣੀ ਲੱਗ ਰਹੀ ਹੈ ਸ਼ਾਇਦ ਆਪਾਂ ਪਹਿਲਾਂ ਮਿਲ ਚੁੱਕੇ ਹਾਂ ਹੈ ਨਾ ਹਾਂਜੀ ਪਰ ਕਿੱਥੇ ਉਹ ਸ਼ਾਇਦ ਤੁਸੀਂ ਕੱਲ੍ਹ ਵਾਲੇ ਹੋ ਹੈ ਨਾ ਜਿਨ੍ਹਾਂ ਨੇ ਮੇਰੀ ਕੱਲ੍ਹ ਹੈਲਪ ਕੀਤੀ ਸੀ ਅੱਛਾ ਪਹਿਚਾਣ ਲਿਆ ਫਿਰ ਤੁਸੀਂ ਓ ਹਾਏ ਤੁਸੀਂ ਆਪਣਾ ਨਾਮ ਤਾਂ ਦੱਸਿਆ ਨਹੀਂ ਮੇਰਾ ਨਾਂ ਯਾਦੀ ਓ ਹੈਲੋ ਮੇਰਾ ਨਾਮ ਰੀਤ ਹੈ ਓਕੇ ਚਲੋ ਆ ਜਾਓ ਮੈਂ ਤੁਹਾਨੂੰ ਘਰ ਛੱਡ ਜਾਂਦਾ ਵੈਸੇ ਤੁਸੀਂ ਗੱਲਾਂ ਬਹੁਤ ਸੋਹਣੀਆਂ ਕਰਦੇ ਹੋ ਉਹ ਮੈਨੂੰ ਤਾਂ ਆਪ ਨਹੀਂ ਪਤਾ ਲੱਗਦਾ ਜੀ ਤੁਹਾਨੂੰ ਦੇਖ ਕੇ ਮੇਰੇ ਦਿਲ 'ਚ ਆਪੇ ਗੱਲਾਂ ਆ ਜਾਂਦੀਆਂ ਨੇ ਅੱਛਾ ਵੈਸੇ ਤੁਸੀਂ ਮੈਨੂੰ ਸੁਣਦੇ ਨਾਲ ਨਾਲ ਜੇ ਦੇਖ ਵੀ ਸਕਦੇ ਹਾਂ ਇਹੋ ਜਿਹੇ ਚੰਗੇ ਇਨਸਾਨ ਨੂੰ ਕੌਣ ਨਹੀਂ ਦੇਖਣਾ ਚਾਹੁੰਦਾ ਓਕੇ ਚਲੋ ਤੁਸੀਂ ਐਵੇਂ ਕਰੋ ਅੱਜ ਮੈਂ ਤੁਹਾਨੂੰ ਆਪਣੀ ਬਾਈਕ 'ਤੇ ਛੱਡਿਆ ਨਾ ਹਾਂ ਨਹੀਂ ਨਹੀਂ ਮੈਂ ਚਲੀ ਜਾਵਾਂਗੀ ਥੈਂਕ ਯੂ ਉਹ ਨਹੀਂ ਤੁਸੀਂ ਕਿੱਥੇ ਜਾਓਗੇ ਚਲੋ ਆ ਜਾਓ ਮੈਂ ਚਲੀ ਜਾਂਦੀ ਉਹ ਨਹੀਂ ਨਹੀਂ ਬਸ ਵੈਸੇ ਤੁਸੀਂ ਬਚਪਨ ਤੋਂ ਹੀ ਇੱਦਾਂ ਹੀ ਹੋ ਇੱਦਾਂ ਮਤਲਬ ਮਤਲਬ ਤੁਹਾਨੂੰ ਬਚਪਨ ਤੋਂ ਨਹੀਂ ਦਿਖਦਾ ਨਹੀਂ ਨਹੀਂ ਬਚਪਨ ਤਾਂ ਸਾਰਾ ਦੇਖਿਆ ਮੈਂ 14 ਸਾਲਾਂ ਦੀ ਸੀ ਜਦੋਂ ਮੇਰਾ ਐਕਸੀਡੈਂਟ ਹੋ ਗਿਆ ਸੀ ਓਕੇ ਵੈਸੇ ਫੈਮਿਲੀ 'ਚ ਕੌਣ ਕੌਣ ਆ ਹੁਣ ਤਾਂ ਕੋਈ ਨਹੀਂ ਪਹਿਲਾਂ ਵੀਰਾ ਸੀ ਪਰ ਉਹਨਾਂ ਦਾ ਐਕਸੀਡੈਂਟ ਹੋ ਗਿਆ ਅਤੇ ਉਹ ਹੁਣ ਇਸ ਦੁਨੀਆ 'ਤੇ ਨਹੀਂ ਹੈ ਓ ਸੋਰੀ 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 ਕੋਈ ਗੱਲ ਨਹੀਂ ਵੈਸੇ ਤੁਹਾਡਾ ਫੋਨ ਕਿੱਥੇ ਆ ਮੈਂ ਨੰਬਰ ਸੇਵ ਕਰਦਾ ਤੁਹਾਡੇ ਫੋਨ 'ਚ ਵੈਸੇ ਆ ਮੁੰਡਾ ਕੌਣ ਆ ਇਹ ਮੇਰਾ ਵੀਰਾ ਏ ਬਸ ਇਹੀ ਸੀ ਮੇਰੀ ਜ਼ਿੰਦਗੀ 'ਚ ਅਤੇ ਰੱਬ ਨੇ ਉਹ ਵੀ ਮੇਰੇ ਤੋਂ ਖੋਲਿਆ ਜਦੀ ਤੂੰ ਮੈਨੂੰ ਮਾਰ ਤਾਂ ਦੇਂਗਾ ਪਰ ਤੈਨੂੰ ਇਹਦਾ ਅੰਜਾਮ ਭੁਗਤਣਾ ਪਊਗਾ ਹੈਲੋ ਕੰਮ ਹੋ ਗਿਆ ਚਲ ਠੀਕ ਆ ਹੁਣ ਆਪਾਂ ਚੱਲਦੇ ਹਾਂ
हैलो भाई सत श्री अकाल आप कुड़ी दियाँ फोटो सेंड कर दो ते लोकेशन वो कोई नहीं तुसी फिकर ना करो थोड़ा काम जल्दी हो जू तुसी फोटो सेंड कर दो रीत जर भाई रीत नू मारनू कहिंदा सी नहीं एक और गलती मैं नहीं कर सकता मैं तो ये काम नहीं होना रीत आई लाइक यू यादी की होया तेनों इन्ना सैड क्यों लग रहा रीत कुछ नहीं कुछ पुरानी गल्लां जे ते आ गई सी ये पुराना कुछ याद करना भी है कोई चंगी गल्लां याद करो पर रीत मैं तो कदे किसी का चंगा किया ही नहीं जे तुसी किसी का चंगा नहीं किया तुसी किसी का माड़ा भी नहीं किया पर रीत जे कदे गलती नाल किसी का माड़ा हो जे तो फिर देखो जे गलती नाल कुछ गलत हो भी जाता तो आप बदल तो सकते नहीं है पर हाँ आप कुछ चंगा करके उदा दुख जरूर घट कर सकते हैं रीता आई लाइक यू यादी मैं बेशक तुम देख नहीं सकती पर मैं तुम समझ सकती हाँ पर फिर भी मैंने थोड़ा टाइम चाहिए कोई गल नहीं रीत सोनू जिन्ना टाइम चाहिए तुम टाइम ले लो सोडे लिए तो मैं सत्त जन्म भी वेट कर सकता रीत हूँ टाइम बहुत हो गया चल मैं तेनू घर छड़ना जल्दी की गल होगी यार बड़ी जल्दी च बुलाया बिल्ले यार मैं तेनू कुछ दसना दस बई यार बॉस कुड़ी नू मारने नहीं कहिंदा सी हाँ ओ यार प्रीत ते निकली अच्छा भाई फिर हूँ तू की करेगा बिल्ले करना की आ ये गल तेनू चंगी तरह पता मैं रीत नू मार नहीं सकता फिर भाई तू बॉस के खिलाफ भी नहीं जा सकता जे खिलाफ गया तो तेरी जान भी जा सकती है बिल्ले मैं मौत तो डरदा बस मैं अपनी गलती का एहसास हो गया हूँ मैं प्रीत का साथ दे के अपनी गलती नू सुधार सकदा कोई ना भाई बाकी तेरी मर्जी आ मैं तेरे नाल हाँ चल ठीक है मैं बॉस को चलदा कल ही जाना मैं चल ठीक है भाई फिर चल मैं तो समझाना सी समझाता अच्छा ओ तेनू तो दो दिन का टाइम दिता सी तू तो अज ही आ गया कुड़ी नू मार के ओ कुड़ी नू मारन नहीं बचाउन आया मैं भाई तो मैं क्यों बोलदा तेनू कुछ नहीं होना वैसे तुसी बचपन तो ही इदां ही हो
हाँ हाँ ठीक है, कोई ना। यादी एक मिनट। हाय, थैंक यू सो मच। तुहानू पता तुसी मेरी बहुत हेल्प कीती सी। रीत, मैं तुहानू कुछ दसना सी। हाँ बोलना। मैं यादी नहीं हैगा। ऐ की मजाक कर रहे हो तुसी? मैं सारा कुछ सच दस रहा। मैं तो यादी का दोस्त हाँ, तो यादी तो इस दुनिया से नहीं रहा। यार ऐ की बोल रहा तू? यादी आप पहली बार मिले हैं ना, जो तो मैं ठीक हुई हाँ। प्लीज़ यार इदा दे मजाक ना कर। यार मैं सारा कुछ सच बोल रहा, जो तो कल मेरे लिए यादी आया सी। बिल्ले। हाँ भाई। मेरी एक गल तू ध्यान ना सुन, जिस काम लिए मैं कलू जा रहा तेनू भी पता, शायद मैं कलू रवा या ना रवा। भाई तू इवें क्यों बोलदा, तेनू कुछ नहीं होना। पर बिल्ले मेरे नाल एक वादा कर, जे मैनू कल नू कुछ हुंदा भी है ना, तां तू मेरी अखां रीत नू डोनेट कर दी। चल ठीक है भाई, तेरा काम मैं कर दूंगा, ध्यान नाल जाई। यार मैं भी बहुत दुखी हाँ, पर एक ना एक दिन तो यह होना ही सी। हाँ जी, किवें हो सारे जने? उम्मीद करते हैं सारे जने ठीक होवोंगे। हाँ जी दोस्तों, अपनी वीडियो लाइक कमेंट शेयर करके जरूर दस्यो तुहानू साडी वीडियो किद्दां लगी। तो इदां दीआं होर वीडियोज़ देखण लई अपना चैनल स्टारमैन नू जरूर सबसक्राइब कर लो। तो हाँ जी एक गल होर, जे किसी आर्टिस्ट ने अपने नाल काम करना होवे तां उपर आपां आई डी मैनशन की आ, तुसीं उत्थे DM कर सकते हो। तो हाँ जी, वध तों वध कमेंट करिया करो, तो कमेंटां विच दस्या करो तुहानू अगली वीडियो की कंसैप्ट ते चाहीदी आ, आपां जरूर बनावांगे। तो हुण अपनीआं लव ते क्राइम स्टोरीआं आया करनगीआं, सो फुल सपोर्ट रखो। लव यू जी सारिआं नूं।